ਅੱਜ 200 ਬੰਦਾ 200 ਬੱਕਰੀ ਪਾਲਕ ਵੀਰ ਕੰਗ ਗੋਟ ਫਾਰਮ ਦੇ ਟ੍ਰੇਨਿੰਗ ਲੈਣ ਆਇਆ ਹੈ। 200 ਮੂੰਹੋਂ ਕਹਿਣਾ ਸੌਖਾ। ਦੇਖੋ ਅੱਜ ਆਪਾਂ ਰੋਜ਼ ਗੱਲਾਂ ਕਰਦੇ ਹਾਂ ਕਿ ਲੋਕਾਂ ਬਾਹਰਲੇ ਮੁਲਕ 'ਚੋਂ ਲੋਕ ਸਾਨੂੰ ਕਾਲਾਂ ਕਰਦੇ ਨੇ, ਧੰਦੇ ਬਾਰੇ ਪੁੱਛਦੇ ਨੇ, ਜਾਂ ਬਾਹਰ ਲੋਕ ਵਾਪਸ ਆਉਣਾ ਚਾਹੁੰਦੇ ਨੇ। ਅੱਜ ਤਾਂ ਤੁਸੀਂ ਪ੍ਰੈਕਟੀਕਲੀ ਦੇਖਿਆ ਨਾ, ਅਗਲੀ ਟ੍ਰੇਨਿੰਗ ਡੇਟ ਸਾਨੂੰ ਰੱਖਣੀ ਪੈ ਗਈ ਹੈ। ਅੱਜ ਹੀ ਮੈਂ ਅਨਾਊਂਸ ਕਰਦਾ, ਅਗਲੀ ਟ੍ਰੇਨਿੰਗ ਆਪਣੀ 20 ਅਤੇ 21 ਜਨਵਰੀ ਨੂੰ ਲੱਗਣ ਜਾ ਰਹੀ ਹੈ, 20 ਅਤੇ 21 ਜਨਵਰੀ 2024। ਉਹ 'ਚ ਇਕੱਲੀ ਇਕੱਲੀ ਗੱਲ ਦੱਸੀ ਜਾਊਗੀ। ਸਭ ਤੋਂ ਪਹਿਲਾਂ ਤਾਂ ਨਸਲ ਪਛਾਣਨ ਦੀ ਗੱਲ ਕੀਤੀ ਜਾਊਗੀ ਵੀ ਤੁਸੀਂ ਨਸਲ ਕਿਵੇਂ ਪਛਾਣਨੀ ਹੈ, ਕਿਵੇਂ ਪਛਾਣਨਾ ਕਿ ਕਿਹੜਾ ਜਾਨਵਰ ਦੇਸੀ ਹੈ ਅਤੇ ਕਿਹੜਾ ਬੀਟਲ ਹੈ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਹੈ, ਜਿਨ੍ਹਾਂ ਤੁਹਾਡੇ ਸਦਕਾ ਅੱਜ 200 ਬੰਦਾ 200 ਬੱਕਰੀ ਪਾਲਕ ਵੀਰ ਕੰਗ ਗੋਟ ਫਾਰਮ ਦੇ ਟ੍ਰੇਨਿੰਗ ਲੈਣ ਆਇਆ ਹੈ। 200 ਮੂੰਹੋਂ ਕਹਿਣਾ ਸੌਖਾ ਹੈ। ਪਿਛਲੀਆਂ ਸਤੰਬਰ ਤੋਂ ਲੈ ਕੇ ਸਤੰਬਰ 'ਚ 100 ਤੋਂ 120 ਦੇ ਕਰੀਬ ਦੋ ਬੈਚ ਲੱਗੇ ਆਪਣੇ, ਅਕਤੂਬਰ 'ਚ 142 ਬੰਦਿਆਂ ਦਾ ਆਉਣਾ, ਨਵੰਬਰ 'ਚ 124 ਬੰਦਿਆਂ ਦੇ ਆਉਣਾ, ਅਤੇ ਉਸ ਤੋਂ ਬਾਅਦ ਐਡਾ ਵੱਡਾ ਇਤਿਹਾਸ ਰਚ ਦੇਣਾ ਕਿ 200 ਦੇ ਕਰੀਬ ਬੱਕਰੀ ਪਾਲਕ ਵੀਰ ਆਏ ਕੰਗ ਗੋਟ ਫਾਰਮ 'ਤੇ ਆਏ ਹੋਏ ਨੇ, ਅਸੀਂ ਕੀ ਕਹਿ ਸਕਦੇ ਹਾਂ ਇਸ ਤੋਂ ਜ਼ਿਆਦਾ। ਇਸ ਤਾਂ ਰੱਬ ਦੇ ਸ਼ੁਕਰਗੁਜ਼ਾਰ ਹੈ, ਤੁਹਾਡੇ ਸਾਰਿਆਂ ਦੇ ਸ਼ੁਕਰਗੁਜ਼ਾਰ। ਭਾਅ ਜੀ ਦੇਖੋ, ਜਿਵੇਂ ਕਿ ਟ੍ਰੇਨਿੰਗਾਂ ਦਾ ਦੌਰ ਹੈਗਾ, ਆਪਣਾ ਰਿਸਪੌਂਸ ਹੈਗਾ, ਜਿਵੇਂ ਸਾਡੇ 'ਤੇ ਪ੍ਰੈਸ਼ਰ ਪੈ ਰਿਹਾ ਬੱਕਰੀ ਪਾਲਕ ਵੀਰਾਂ ਦਾ, ਅਸੀਂ ਸਾਡੀ ਕੋਸ਼ਿਸ਼ ਸੀਗੀ ਕਿ ਅਸੀਂ ਜਨਵਰੀ ਦੀ ਟ੍ਰੇਨਿੰਗ 'ਚ ਗੈਪ ਪਾ ਦਈਏ, ਪਰ ਲੋਕਾਂ ਦੀ ਇੰਨੀ ਕੁ ਡਿਮਾਂਡ ਹੈ ਕਿ ਅਗਲੀ ਟ੍ਰੇਨਿੰਗ ਡੇਟ ਸਾਨੂੰ ਰੱਖਣੀ ਪੈ ਗਈ ਹੈ। ਅੱਜ ਹੀ ਮੈਂ ਅਨਾਊਂਸ ਕਰਦਾ, ਅਗਲੀ ਟ੍ਰੇਨਿੰਗ ਆਪਣੀ 20 ਅਤੇ 21 ਜਨਵਰੀ ਨੂੰ ਲੱਗਣ ਜਾ ਰਹੀ ਹੈ, 20 ਅਤੇ 21 ਜਨਵਰੀ 2024 ਸ਼ਨੀਵਾਰ ਅਤੇ ਐਤਵਾਰ ਨੂੰ ਇਹ ਟ੍ਰੇਨਿੰਗ ਲੱਗੂਗੀ ਜੀ ਆਪਣੇ ਕੰਗ ਗੋਟ ਫਾਰਮ 'ਤੇ। ਉਹਦੀ ਰਜਿਸਟ੍ਰੇਸ਼ਨ ਸ਼ੁਰੂ ਹੈ, ਬੁਕਿੰਗ ਸ਼ੁਰੂ ਹੈ, ਤੁਸੀਂ ਕਦੇ ਵੀ ਕਰਵਾ ਸਕਦੇ। ਦੇਖੋ ਜੀ, ਭੈਣਾਂ ਦੀ ਪਹਿਲਾਂ ਅਸੀਂ ਬਹੁਤ ਸਲਾਹ ਕੀਤੀ ਸੀ, ਤੁਹਾਡੇ ਚੈਨਲ ਥਰੂ ਵੀ ਅਸੀਂ ਮੈਸੇਜ ਦਿੱਤਾ ਸੀਗਾ, ਪਰ ਸਾਨੂੰ ਭੈਣਾਂ ਦਾ ਰਿਸਪੌਂਸ ਹੀ ਐਡਾ ਵਧੀਆ ਮਿਲਿਆ। ਉਹ ਕਹਿੰਦੇ ਸਾਨੂੰ ਅੱਡ ਲਾਉਣ ਦੀ ਲੋੜ ਨਹੀਂ ਹੈਗੀ, ਜਿਹਾ ਜਿਹਾ ਤੁਹਾਡਾ ਇੰਤਜ਼ਾਮ ਹੈ, ਜਿਵੇਂ ਕਿ ਪਿਛਲੇ ਗਰੁੱਪ ਵਾਲਿਆਂ ਨੇ ਦੱਸਿਆ ਵੀ ਕਿਵੇਂ ਦਾ ਇੰਤਜ਼ਾਮ ਹੈ, ਕਿੰਨੀ ਸਿਕਿਉਰਿਟੀ ਹੈ, ਕਿੰਨੀ ਸੇਫਟੀ ਹੈ ਉਰੇ, ਸਾਨੂੰ ਉਹਨਾਂ ਨੇ ਸੁਜੈਸਟ ਕੀਤਾ ਕਿ ਤੁਹਾਨੂੰ ਅਲੱਗ ਲਾਉਣ ਦੀ ਲੋੜ ਨਹੀਂ ਹੈਗੀ, ਤੁਸੀਂ ਆਪਣੀ ਟ੍ਰੇਨਿੰਗ ਇੰਜੀ ਕੰਟੀਨਿਊ ਰੱਖੋ, ਅਸੀਂ ਬਹੁਤ ਕੌਨਫੀਡੈਂਟ ਹੈ, ਅਸੀਂ ਪੂਰੇ ਕੰਫਰਟੇਬਲ ਹਾਂ ਇੱਥੇ, ਸੋ ਸਾਨੂੰ ਕੋਈ ਡਰ ਨਹੀਂ, ਕੋਈ ਖਤਰਾ ਨਹੀਂ, ਜਿਹੜੇ ਹਿਸਾਬ ਨਾਲ ਅਸੀਂ ਟ੍ਰੇਨਿੰਗ ਕਰਦੇ ਹੋ ਅਤੇ ਸਾਨੂੰ ਕੋਈ ਅੱਡ ਹੋਣ ਦੀ ਲੋੜ ਨਹੀਂ, ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਵਿੱਚੇ ਹੀ ਕੰਮ ਕਰਾਂਗੇ, ਇੱਥੇ ਹੀ ਸਿੱਖ ਕੇ ਜਾਵਾਂਗੇ। ਦੇਖੋ ਜੀ, ਆਪਣੇ ਪ੍ਰੈਕਟੀਕਲ ਟ੍ਰੇਨਿੰਗ ਦਾ ਸਿਲਸਿਲਾ ਜਿਹੜਾ ਹੈਗਾ, ਜਿਵੇਂ ਕਿ ਆਪਣਾ ਨਾਂ ਦੱਸਦਾ ਹੈਗਾ ਕਿ ਸਾਇੰਟੀਫਿਕ ਐਂਡ ਪ੍ਰੈਕਟੀਕਲ ਟ੍ਰੇਨਿੰਗ ਜਿਹੜੀ ਕੰਗ ਗੋਟ ਫਾਰਮ 'ਤੇ ਲੱਗਦੀ ਹੈ, ਜਿਹੜੀ ਚੀਜ਼ ਦੱਸੀ ਜਾਂਦੀ ਹੈ ਹਰ ਚੀਜ਼ ਸਾਇੰਟੀਫਿਕ ਢੰਗ ਨਾਲ ਦੱਸੀ ਜਾਂਦੀ ਹੈ। ਇਹ ਜ਼ਰੂਰੀ ਨਹੀਂ ਵੀ ਜਿਹੜਾ ਆਪਾਂ ਥਿਊਰੀ ਕਰਦੇ ਹਾਂ ਉਹ ਵੀ ਇੱਕ ਤਰ੍ਹਾਂ ਦਾ ਪ੍ਰੈਕਟੀਕਲ ਟ੍ਰੇਨਿੰਗ ਦਾ ਹੀ ਦੱਸਦੇ ਹਾਂ, ਸਾਰਾ ਕੁਝ ਇਕੱਲਾ ਸਾਇੰਟੀਫਿਕ ਢੰਗ ਨਾਲ ਦੱਸ ਕੇ ਕਰਦੇ ਹਾਂ, ਪਰ ਜਿਹੜੀ ਆਪਣੀ ਟ੍ਰੇਨਿੰਗ ਪ੍ਰੈਕਟੀਕਲ ਹੁਣ ਇੱਥੇ ਆ ਕੇ ਹੋਣੀ ਹੈ ਆਪਣੇ ਫਾਰਮ ਦੇ ਵਿੱਚ, ਉਹ 'ਚ ਇਕੱਲੀ ਇਕੱਲੀ ਗੱਲ ਦੱਸੀ ਜਾਊਗੀ। ਸਭ ਤੋਂ ਪਹਿਲਾਂ ਤਾਂ ਨਸਲ ਪਛਾਣਨ ਦੀ ਗੱਲ ਕੀਤੀ ਜਾਊਗੀ ਵੀ ਤੁਸੀਂ ਨਸਲ ਕਿਵੇਂ ਪਛਾਣਨੀ ਹੈ, ਕਿਵੇਂ ਪਛਾਣਨਾ ਕਿ ਕਿਹੜਾ ਜਾਨਵਰ ਦੇਸੀ ਹੈ ਅਤੇ ਕਿਹੜਾ ਬੀਟਲ ਹੈ। ਇਹ ਸਭ ਤੋਂ ਜ਼ਰੂਰੀ ਹੈ, ਸਭ ਤੋਂ ਵੱਧ ਲੋਕ ਧੋਖਾ ਨਸਲ 'ਤੇ ਹੀ ਖਾਂਦੇ ਨੇ। ਫਿਰ ਇਹ ਦੱਸਣਾ ਕਿ ਕਿਹੜੀ ਬੱਕਰੀ ਗੱਬਨ ਹੈ, ਕਿਹੜੀ ਗੱਬਨ ਨਹੀਂ ਹੈਗੀ, ਕਿਹੜੀ ਫੰਡਰ ਹੈ ਜਾਂ ਗੱਬਨ ਨਹੀਂ ਹੈਗੀ, ਉਹਦੀ ਅਲੱਗ ਅਲੱਗ ਬਰਾਬਰ ਖੜਾ ਕੇ ਦੱਸਣਾ ਹੈਗਾ। ਦੁੱਧ ਕਿਵੇਂ ਕਰਨਾ, ਬੱਚੇ ਕਿਵੇਂ ਪਾਲਣੇ ਨੇ, ਸਫਾਈ ਸ਼ੈਡ ਦੀ ਕਿਵੇਂ ਕਰਨੀ ਹੈ, ਉਹਨਾਂ ਦੇ ਪੈਰ ਕਿਵੇਂ ਬਣਾਉਣੇ ਨੇ, ਉਹਨਾਂ ਦੇ ਟੀਕੇ ਕਿਵੇਂ ਲਾਉਣੇ ਨੇ, ਸਭ ਤੋਂ ਜ਼ਰੂਰੀ ਹੈ ਉਹਨਾਂ ਦੀ ਵੈਕਸੀਨੇਸ਼ਨ ਅਤੇ ਟੀਕੇ ਕਿਵੇਂ ਲਾਉਣੇ ਨੇ, ਸਾਰਾ ਕੁਝ ਪ੍ਰੈਕਟੀਕਲ 'ਚ ਕਵਰ ਕੀਤਾ ਜਾਂਦਾ ਤਾਂ ਕਿ ਤੁਹਾਨੂੰ ਆਪਣੇ ਕੋਲ ਡਾਕਟਰ ਬੁਲਾਉਣ ਦੀ ਲੋੜ ਨਾ ਪਵੇ। ਦੇਖੋ, ਲੋਕਾਂ ਨੇ ਬਹੁਤ ਰੌਲਾ ਪਾਇਆ ਵੀ NLM ਦੇ ਕੇਸ ਨਹੀਂ ਹੁੰਦੇ ਪੰਜਾਬ 'ਚ, ਨਹੀਂ ਹੁੰਦੇ ਸਾਰੇ ਮੁਲਕ 'ਚ ਹੁੰਦੇ ਨੇ, ਪੰਜਾਬ 'ਚ ਨਹੀਂ ਹੁੰਦੇ।
ਉਹਦੇ ਪਿੱਛੇ ਮੈਨੂੰ ਤਾਂ ਕੋਈ ਰੀਜ਼ਨ ਪਹਿਲਾਂ ਵੀ ਨਹੀਂ ਸੀ ਲੱਗਦਾ, ਅੱਜ ਵੀ ਨਹੀਂ ਹੈਗਾ। ਜਿਸ ਸੈਂਟਰ ਸਰਕਾਰ ਦੀ ਸਕੀਮ ਹੈ NLM ਦੀ ਹੈਗੀ ਹੈ, ਉਹ ਵੀ ਮੰਨਦੇ ਨੇ ਜਿਹੜੇ ਇਹ ਕਹਿੰਦੇ ਨੇ ਵੀ ਲੋਨ ਨਹੀਂ ਹੁੰਦੇ, ਅਸੀਂ ਵੀ ਕਹਿੰਦੇ ਕਿ NLM ਦੀ ਸਕੀਮ ਹੈਗੀ ਹੈ। ਪੰਜਾਬ ਨਾਲ ਕਿਉਂ ਵਿਤਕਰਾ ਮੇਰੇ ਸਮਝ ਤੋਂ ਬਾਹਰ ਸੀਗਾ। ਫਿਰ ਅਸੀਂ ਦਿੱਲੀ 'ਚ ਤੱਕ ਪਤਾ ਕੀਤਾ, ਆਪਣੇ ਡਿਪਟੀ ਡਾਇਰੈਕਟਰ ਸਾਹਿਬ ਐਨੀਮਲ ਹਸਬੈਂਡਰੀ ਵਾਲਿਆਂ ਤੋਂ ਪਤਾ ਕੀਤਾ, NLM ਦੇ ਹੈੱਡ ਆਫਿਸ ਜਾ ਕੇ ਪਤਾ ਕੀਤਾ। ਸਭ ਨੇ ਦੱਸਿਆ ਕਿ ਕੋਈ ਇਹੋ ਜਿਹੀ ਗੱਲਬਾਤ ਨਹੀਂ, ਕੇਸ ਹੁੰਦੇ ਨੇ। ਅੱਜ ਤੁਹਾਨੂੰ ਮੈਂ ਖੁਸ਼ਖਬਰੀ ਦੇਣ ਲੱਗਿਆ, ਪਠਾਨਕੋਟ ਦੇ ਆਪਣੇ ਅਤੇ ਇੱਕ ਅੰਮ੍ਰਿਤਸਰ ਦਾ 500-500 ਬੱਕਰੀਆਂ ਦੇ 2 ਕੇਸ ਫਾਈਨਲ ਹੋਏ ਨੇ। ਉਹਨਾਂ ਨੂੰ 50-50 ਲੱਖ ਰੁਪਇਆ ਸਬਸਿਡੀ ਮਿਲ ਰਹੀ ਹੈ। ਉਹਨਾਂ ਦੇ ਨਾਂ ਸਾਤੋਂ ਕੋਈ ਪੁੱਛ ਸਕਦਾ, ਉਹਨਾਂ ਦੇ ਉੱਥੇ ਵਿਜ਼ਿਟ ਕਰਨਾ ਮੈਂ ਕਰਵਾ ਸਕਦਾ। 2 ਆਪਣੇ ਬੱਕਰੀ ਪਾਲਕ ਵੀਰਾਂ ਦੇ ਕੇਸ 500-500 ਬੱਕਰੀ ਦਾ, ਜਿਹਦੇ ਵਿੱਚ ਕਿ 1.25 ਕਰੋੜ ਦਾ ਪ੍ਰੋਜੈਕਟ ਸੀਗਾ ਅਤੇ 50 ਲੱਖ ਸਬਸਿਡੀ ਮਿਲਣੀ ਹੈ, ਉਹ ਥਰੂ ਹੋ ਕੇ ਦਿੱਲੀ ਜਾ ਚੁੱਕੇ ਨੇ। ਹਫ਼ਤੇ 10 ਤੱਕ ਦਿੱਲੀ ਤੋਂ ਸਿਰਫ ਫਾਰਮੈਲਿਟੀ ਹੁੰਦੀ ਆ, ਉੱਥੋਂ ਬਾ ਕੇ ਉਹਨਾਂ ਦੇ ਬੈਂਕ 'ਚ ਆ ਜਾਣੇ ਨੇ। ਇਹ ਰੀਸੈਂਟ ਇਨਫੋਰਮੇਸ਼ਨ ਹੈ ਜਿਹੜੀ ਕਿ ਸਾਡੇ ਕੋਲ ਹੀ ਸੀਮਤ ਅਜੇ ਤੱਕ। ਅੱਜ ਮੈਂ ਤੁਹਾਡੇ ਚੈਨਲ ਤੋਂ ਦੱਸ ਰਿਹਾ ਕਿ 1.25 ਕਰੋੜ ਦੇ 2 ਪ੍ਰੋਜੈਕਟ ਪਾਸ ਹੋ ਕੇ ਗਏ, ਇਸ ਪਿਛਲੇ ਹਫ਼ਤੇ ਹੋਏ ਨੇ। ਭਾਅ ਜੀ ਦੇਖੋ, ਜਿਵੇਂ ਮੈਂ ਅਸੀਂ ਪਿਛਲੀਆਂ ਵੀਡੀਓ 'ਚ ਵੀ ਕਵਰ ਕੀਤਾ, ਭੇਡਾਂ ਦਾ ਕਿੱਤਾ ਜੇ ਤੁਸੀਂ ਪ੍ਰੈਕਟਿਕ ਅਸਲੀ ਗੱਲ ਸਮਝਦੇ ਹੋ, ਮੈਂ ਪਹਿਲਾਂ ਐਕਸਪੈਰੀਮੈਂਟ ਕਰਦਾ ਹਰ ਚੀਜ਼ 'ਤੇ, ਮੈਂ ਤਾਂ ਹੀ ਅੱਗੇ ਬੋਲਦਾ ਹੁੰਦਾ। ਭੇਡਾਂ ਦੇ ਕਿੱਤੇ ਦਾ ਤਾਂ ਇਹ ਹਾਲ ਹੈ ਜੀ ਕਿ ਬੱਕਰੀਆਂ ਨਾਲੋਂ 1/4 ਕੰਮ ਵੀ ਨਹੀਂ ਹੈਗਾ ਉਹਨਾਂ ਦਾ। ਨਾ ਕੋਈ ਵੇਸਟ ਕਰਦੀਆਂ ਨੇ, ਨਾ ਉਹਨਾਂ ਦੇ ਬੱਚਿਆਂ ਦੀ ਕੋਈ ਮੋਰਟੈਲਿਟੀ ਹੈ, ਨਾ ਕੋਈ ਸੰਬੰਧੀ ਉਹ 'ਚ ਪ੍ਰੋਬਲਮ ਹੈਗੀ ਹੈ। ਬਸ ਇੱਕੋ ਹੀ ਗੱਲ ਹੈ, ਜਿਹੜਾ ਵੀ ਤੁਸੀਂ ਕੰਮ ਕਰਨਾ, ਚਾਹੇ ਉਹ ਬੱਕਰੀਆਂ ਦਾ ਚਾਹੇ ਭੇਡਾਂ ਦਾ, ਮਿਕਸ ਬਰੀਡ 'ਤੇ ਕੰਮ ਨਾ ਕਰਿਓ, ਪਿਓਰ ਬਰੀਡ 'ਤੇ ਕੰਮ ਕਰੋ। ਬਹੁਤ ਸੌਖਾ ਕੰਮ ਹੈ, ਬਹੁਤ ਆਸਾਨ ਕੰਮ ਹੈ। ਮੇਰੇ ਕੋਲ ਹੁਣ 40 ਦੇ ਕਰੀਬ ਭੇਡਾਂ ਹੋ ਗਈਆਂ ਨੇ, ਮੈਂ 20 ਤੋਂ ਐਕਸਪੈਰੀਮੈਂਟ ਸ਼ੁਰੂ ਕੀਤਾ ਸੀਗਾ, ਆ 40-45 ਦੇ ਕਰੀਬ ਮੇਰੇ ਕੋਲ ਛੋਟੇ ਬੱਚੇ ਮਿਲਾ ਕੇ ਭੇਡਾਂ ਦੇ ਨੇ। ਬਹੁਤ ਸੌਖਾ ਕੰਮ ਹੈ ਜੀ, ਅਤੇ ਮੈਂ ਸਭ ਨੂੰ ਐਪਰੀਸ਼ੀਏਟ ਕਰਦਾ ਕਿ ਇਸ ਕੰਮ ਨੂੰ ਹੋਰ ਪ੍ਰਫੁੱਲਿਤ ਕਰੋ। ਆਉਣ ਵਾਲੀਆਂ ਟ੍ਰੇਨਿੰਗਾਂ 'ਚ ਅਸੀਂ ਭੇਡਾਂ ਬਾਰੇ ਹੋਰ ਜਾਣਕਾਰੀ ਦੇਵਾਂਗੇ ਤੁਹਾਨੂੰ, ਤਾਂ ਕਿ ਤੁਸੀਂ ਬਹੁਤ ਤੇਜ਼ੀ ਨਾਲ ਤਰੱਕੀ ਕਰ ਸਕੋ। ਦੇਖੋ, ਅੱਜ ਆਪਾਂ ਰੋਜ਼ ਗੱਲਾਂ ਕਰਦੇ ਹਾਂ ਕਿ ਲੋਕਾਂ ਬਾਹਰਲੇ ਮੁਲਕ 'ਚੋਂ ਲੋਕ ਸਾਨੂੰ ਕਾਲਾਂ ਕਰਦੇ ਨੇ, ਧੰਦੇ ਬਾਰੇ ਪੁੱਛਦੇ ਨੇ, ਜਾਂ ਬਾਹਰ ਲੋਕ ਵਾਪਸ ਆਉਣਾ ਚਾਹੁੰਦੇ ਨੇ। ਅੱਜ ਤਾਂ ਤੁਸੀਂ ਪ੍ਰੈਕਟੀਕਲੀ ਦੇਖਿਆ ਨਾ ਕਿ ਆਪਣੇ ਕੋਲ ਇਟਲੀ ਦਾ ਕਪਲ ਆਇਆ ਹੋਇਆ, ਇਟਲੀ ਤੋਂ ਆਏ ਹੋਏ ਨੇ, ਆਪਣੇ ਕੋਲ ਟ੍ਰੇਨਿੰਗ ਲੈ ਰਹੇ ਨੇ, ਫਿਜ਼ੀਕਲ ਟ੍ਰੇਨਿੰਗ ਆਪਣੇ ਕੰਗੋਟ ਫਾਰਮ 'ਤੇ। ਉਹਦੇ ਲੜਕੀ ਦਾ ਨਾਂ ਹੈਗਾ ਮਨਪ੍ਰੀਤ ਕੌਰ ਅਤੇ ਉਹਦੇ ਹਸਬੈਂਡ ਨਾਂ ਹੈਗਾ ਹਰਮਨ। ਇਟਲੀ ਤੋਂ ਪੱਕੇ ਵਸਨੀਕ ਨੇ, ਇੱਥੇ ਆ ਕੇ ਟ੍ਰੇਨਿੰਗ ਲਾ ਕੇ ਇੱਥੇ ਬੱਕਰੀ ਫਾਰਮ ਖੋਲ੍ਹਣਾ ਚਾਹੁੰਦੇ ਨੇ। ਉਹ ਵੀ ਸੋਚਦੇ ਨੇ, ਲੋਕ ਯੰਗ ਨੇ ਨਾਲੇ ਅਜੇ, ਉਹਨਾਂ ਦੇ ਦਿਮਾਗ 'ਚ ਕਿਤੇ ਨਾ ਖਟਕਦਾ ਹੈਗਾ ਕਿ ਅਸੀਂ ਗਲਤ ਜਗ੍ਹਾ 'ਤੇ ਗਲਤ ਟਾਈਮ 'ਤੇ ਫਸੇ ਹੋਏ ਹਾਂ। ਇਹੀ ਕੰਮ ਉਹ ਆਪਣੇ ਮੁਲਕ 'ਚ ਰਹਿ ਕੇ ਚੰਗੀ ਇੱਜ਼ਤ ਦੀ ਰੋਟੀ ਖਾ ਸਕਦੇ ਨੇ। ਹੁਣ ਜਿਵੇਂ ਮੈਂ ਵੀ 24-25 ਸਾਲ ਲਾ ਕੇ ਆਇਆ ਸੀਗਾ, ਪਹਿਲਾਂ ਮੈਨੂੰ ਬਹੁਤ ਔਖਾ ਲੱਗਿਆ, ਪਰ ਅੱਜ ਮੇਰਾ ਜਾਣ ਨੂੰ ਜੀ ਨਹੀਂ ਕਰਦਾ। ਇਹ ਜਿਹੜਾ ਦੌਰ ਬਾਹਰ ਮਨਪ੍ਰੀਤ ਦਾ, ਹਰਮਨ ਦਾ, ਮੈਂ ਇੰਨਾ ਸ਼ੁਕਰਗੁਜ਼ਾਰ ਹੈ ਕਿ ਨਾਲੇ ਉਹ ਦੇਖੋ ਸਿੱਖੀ ਸਰੂਪ ਦੇ ਵਿੱਚ ਇਟਲੀ 'ਚ ਰਹਿ ਰਹੇ ਨੇ, ਸਭ ਤੋਂ ਵੱਡੀ ਉਹ ਗੱਲ ਹੈ, ਅਤੇ ਅੱਜ ਆ ਕੇ ਉਹ ਪੰਜਾਬ 'ਚ ਸਾਡੇ ਕੋਲ ਆਏ ਨੇ, ਕੰਮ ਸਿੱਖ ਕੇ ਆਪਣਾ ਕੰਮ ਕਰਨਗੇ। ਅਸੀਂ ਉਹਨਾਂ ਦੀ ਪੂਰੀ ਮਦਦ ਕਰਾਂਗੇ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਕਿੱਡਾ ਵੱਡਾ ਸੁਨੇਹਾ ਦੇ ਰਹੇ ਨੇ ਉਹ ਆਪਣੇ ਨਵੇਂ ਲੋਕਾਂ ਨੂੰ, ਨਵੇਂ ਬੱਚਿਆਂ ਨੂੰ ਜਿਹੜੇ ਬਿਨਾਂ ਗੱਲ ਤੋਂ ਬਾਹਰ ਮੂੰਹ ਚੱਕੀ ਫਿਰਦੇ ਨੇ। ਦੇਖੋ ਜੀ, ਰਾਜਵੰਤ ਸਿੰਘ ਮੋਹਾਲੀ, ਨਾ ਕਿਸੇ ਨੂੰ ਭੁੱਲਿਆ ਨਹੀਂ ਹੈਗਾ ਉਹਨਾਂ ਦਾ। ਸਾਡੀ ਕੰਗੋਟ ਫਾਰਮ ਦੀ ਕਿੱਡੀ ਖੁਸ਼ਕਿਸਮਤੀ ਹੈ, ਅਤੇ ਜਿਹੜੇ ਬੰਦੇ ਟ੍ਰੇਨਿੰਗ ਲੈਣ ਆਏ ਸੀ, 200 ਬੰਦਾ ਟ੍ਰੇਨਿੰਗ ਟੈਂਟ ਦੇ ਵਿੱਚ ਬੈਠਾ ਸੀਗਾ, ਉਹਨਾਂ ਦੀ ਕਿੱਡੀ ਖੁਸ਼ਕਿਸਮਤੀ ਹੈ ਕਿ ਜਿਹੜਾ ਬੰਦਾ ਫੋਨ ਕਾਲ ਸੁਣਨ ਦੇ ਵੀ ਪੈਸੇ ਲੈਂਦੇ ਨੇ, ਮੀਟਿੰਗ ਕਰਨ ਦੇ ਵੀ ਹਜ਼ਾਰਾਂ 'ਚ ਉਹਨਾਂ ਦੀ ਕੰਸਲਟੈਂਸੀ ਹੈਗੀ ਹੈ, ਅੱਜ ਕੰਗੋਟ ਫਾਰਮ 'ਤੇ 200 ਬੰਦਿਆਂ ਨੂੰ ਫ੍ਰੀ ਨਿਸ਼ਕਾਮ ਸੇਵਾ ਜਿਹਨੂੰ ਕਹਿੰਦੇ ਨੇ, ਉਵੇਂ ਟ੍ਰੇਨਿੰਗ ਦੇ ਕੇ ਗਏ ਨੇ, ਉਵੇਂ ਉਹਨਾਂ ਨੂੰ ਸਮਝਾ ਕੇ ਗਏ ਨੇ ਕਿਵੇਂ ਪੈਸੇ ਲਈ ਤੁਸੀਂ ਕੰਮ ਕਰਨਾ।
ਅਸੀਂ ਸਰਦਾਰ ਰਾਜਵਿੰਦਰ ਸਿੰਘ ਮੋਹਾਲੀ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੋ ਸਾਨੂੰ ਸੁਣਦੇ ਹੋਣ ਤਾਂ ਸਾਡੀ ਨਿਮਰਤਾ ਸਹਿਤ ਬੇਨਤੀ ਨੂੰ ਸਾਡੇ ਸ਼ੁਕਰਿਆਣੇ ਨੂੰ ਕਬੂਲ ਕਰਨ। ਅਸੀਂ ਉਹਨਾਂ ਦੇ ਰਿਣੀ ਹਾਂ ਜਿਹੜੀ ਐਡੀ ਵੱਡੀ ਹਸਤੀ ਵਰਲਡ ਨੋਨ ਫਾਈਨੈਂਸ਼ੀਅਲ ਐਡਵਾਈਜ਼ਰ ਸਾਡੇ ਫਾਰਮ 'ਤੇ ਆ ਕੇ ਐਡਾ ਵੱਡਾ ਸੁਚੱਜੇ ਢੰਗ ਨਾਲ ਲੈਕਚਰ ਦੇ ਕੇ ਗਏ ਨੇ ਅਤੇ ਲੋਕਾਂ ਨੂੰ ਦੱਸ ਕੇ ਗਏ ਨੇ ਕਿਵੇਂ ਪੈਸਾ ਤੁਹਾਡੇ ਲਈ ਕੰਮ ਕਰ ਸਕਦਾ। ਥੈਂਕ ਯੂ ਵੈਰੀ ਮੱਚ ਰਾਜਵੰਤ ਜੀ, ਥੈਂਕ ਯੂ।